और दे नजदीकी पिंड अट्टी विखे छप्पड़ चो अणपछाते व्यक्ति की लाश मिलन का समाचार प्राप्त होया। इस संबंधी जानकारी दिंदे हुए सरपंच सोहन लाल ने दसिया कि पिंड दे छप्पड़ विच एक व्यक्ति की लाश तैरती हुई दिखाई दिती, जिसकी जानकारी उसने मैनू दिती। असी तुरंत फिलौर पुलिस नूं सूचित किया। मौके ते फिलौर थाने तो ASI धर्मिंदर कुमार पहुंचे, जिन्हां ने पिंड वासियां दी मदद नाल लाश नूं छप्पड़ चो बाहर कढ़िया गया। उन्हां दस्या कि मृतक व्यक्ति की उम्र 34 तो 35 साल, सिरों मोना काली पैंट अते नीली कमीज पाई हुई है, जिस की पहचान नहीं हो सकी। देखण नूं उह प्रवासी मजदूर लगता है, जिसकी लाश शिनाखत लई सिविल हस्पताल फिलौर विखे 72 घंटे लई रखी गई है। ਮੈਂ ਤੁਹਾਡਾ ਤੇ ਅੱਜ ਇੱਕ ਛੱਪੜ ਚੋਂ ਡੈਡ ਬੋਡੀ ਮਿਲੀ ਅੱਟੀ ਪਿੰਡ ਦੇ ਵਿੱਚੋਂ, ਕੀ ਕਹਿਣਾ ਚਾਹੁੰਦੇ ਨਾ? ਮੇਰਾ ਨਾਮ ਜੀ, ਮੈਂ ਅੱਟੀ ਦਾ ਸਰਪੰਚ ਹਾਂ ਜੀ। ਨਾਮ ਮੇਰਾ ਸੋਹਣ ਲਾਲ, ਪਿੰਡ ਅੱਟੀ ਹੈ। ਮੈਂ ਜਦੋਂ ਘਰ ਮੈਨੂੰ ਟੈਲੀਫੋਨ ਕਿਹਾ ਕਿ ਛੱਪੜ ਦੇ ਵਿੱਚ ਕੋਈ ਰਾਤ ਦਾ ਬੰਦਾ ਕੋਈ ਮਰਿਆ ਸਿੱਟਿਆ ਗਿਆ, ਜਦ ਮੈਂ ਆਣ ਕੇ ਦੇਖਿਆ ਤੇ ਅਸੀਂ ਆਣ ਕੇ ਲਾਸ਼ ਨੂੰ ਫਰੋਲ ਕੇ ਦੇਖਿਆ ਤੇ ਕੋਈ ਭਈਆ ਸੀ ਲਾਂਭਲਾ ਬੰਦਾ, ਪਿੰਡ ਦਾ ਕੋਈ ਆਦਮੀ ਨਹੀਂ ਨਿਕਲਿਆ। ਤੇ ਫਿਰ ਅਸੀਂ ਜਦ ਦੇਖ ਕੇ ਤੇ ਅਸੀਂ ਥਾਣੇ ਫਲੋਰ ਟੈਲੀਫੋਨ ਕੀਤਾ ਤੇ ASI ਸਾਹਿਬ ਜਲਦੀ ਤੋਂ ਜਲਦੀ ਗੱਡੀ ਨਾਲ ਲੈ ਕੇ ਪਹੁੰਚ ਗਿਆ ਵੀ ਭਈਆ ਦੇਖ ਕੇ, ਤਾਂ ਫਿਰ ਵੀ ਗੱਡੀ ਨਾਲੇ ਲਾਸ਼ ਲਿਜਾਣ ਲਈ ਆ ਗਏ। ਇਸ ਕਰਕੇ ਬਾਕੀ ਸਾਰੇ ਪਿੰਡ ਨੇ ਵੀ ਦੋ ਦੇਖਿਆ ਹੈ ਵੀ ਕਿਸੇ ਦੇ ਜਾਣ ਪਛਾਣ ਦੇ ਵਿੱਚ ਕੋਈ ਨਹੀਂ ਆਇਆ। ਕੀ ਲੱਗਦਾ ਜੇ ਕੋਈ ਸੱਟ ਪੇਟ ਤਾਂ ਨਹੀਂ ਉਹਦੇ, ਜਿੱਦਾਂ ਉਹ ਪਾਣੀ ਡੁੱਬਿਆ ਹੋਇਆ ਸੀ? ਇਹ ਤਾਂ ਲੱਗਦਾ ਜੀ ਇੱਦਾਂ ਵੀ ਤਿੰਨਾਂ ਚੌਂ ਦਿਨਾਂ ਦਾ ਬੰਦਾ ਕੋਈ ਮਾਰ ਕੇ ਸੱਟ ਗਿਆ ਲੱਗਦਾ। ਬੰਨਿਆ ਹੋਇਆ ਤੁਸੀਂ ਰੱਸੀ ਨਾਲ? ਨਹੀਂ, ਬੰਨਿਆਂ ਦਾ ਕੋਈ ਨਹੀਂ ਦੇਖਿਆ ਵੀ ਪੈਰ ਜਿਹੜੇ ਉਹਦੇ ਇੱਦਾਂ ਦੇ ਹੋਏ ਆ ਵੀ ਚਿੱਟੇ ਵਾਲੇ ਰੰਗ ਦੇ, ਵੀ ਇੱਕ ਅੱਧੇ ਦਿਨ 'ਚ ਤਾਂ ਇੰਨੇ ਹੋ ਨਹੀਂ ਸਕਦੇ। ਇਸ ਕਰਕੇ ਜਿੱਦਾਂ ਤੁਸੀਂ, ਮੈਂ ਵੀ ਹੁਣ ਮੌਕੇ ਤੇ ਦੇਖਿਆ ਰੱਸੀ ਨਾਲ ਬੰਨਿਆ ਹੋਇਆ ਸੀ, ਬਾਹਾਂ ਬੰਨੀਆਂ ਹੋਈਆਂ? ਨਹੀਂ, ਉਹ ਤਾਂ ਅਸੀਂ ਬਾਹਰ ਕੱਢਣ ਲੱਗੇ। ਆਪ ਬੰਨੀਆਂ? ਹਾਂਜੀ, ਉਹ ਆਪ ਮੈਂ ਲੈ ਕੇ ਦਿੱਤੀ ਰੱਸੀ, ਵੀ ਉਹ ਖਿੱਚਣਾ ਸੀ ਬਾਹਰ। ਕਿੰਨੇ ਵਜੇ ਪਤਾ ਲੱਗਾ? ਮੈਨੂੰ ਤਾਂ ਜੀ ਕੋਈ ਤਕਰੀਬਨ ਅੰਦਾਜ਼ ਨਹੀਂ ਹੈ ਜੀ, 8 ਵਜੇ ਪਤਾ ਲੱਗਾ। 8 ਵਜੇ ਪਤਾ ਲੱਗਾ ਕਿ ਪ੍ਰਸ਼ਾਸਨ ਆ ਗਿਆ? ਪ੍ਰਸ਼ਾਸਨ ਦਾ ਬਹੁਤ ਧੰਨਵਾਦ ਜੀ, ਜਲਦੀ ਤੋਂ ਜਲਦੀ ਆ ਗਏ, ਨਾਲ ਗੱਡੀ ਲੈ ਕੇ ਆਏ ਬਈ, ਜਦ ਦੱਸਿਆ ਵੀ ਭਈ ਆਇਆ ਤਾਂ ਪਿੰਡ ਦਾ ਕੋਈ ਨਹੀਂ ਬੰਦਾ, ਅਤੇ ਇਸ ਕਰਕੇ ਨਹੀਂ ਤਾਂ ਭਈਏ ਦਾ ਵੀ ਸਾਨੂੰ ਕੋਈ ਨਹੀਂ ਪਤਾ ਵੀ ਕਿਹੜਾ ਇਹਦਾ ਕਿੱਥੇ ਦਾ ਹੈਗਾ, ਕਿੱਥੇ ਰਹਿੰਦਾ ਆ। ਕੋਈ ਮਰਡਰ ਤਾਂ ਨਹੀਂ ਲੱਗਦਾ? ਨਾ, ਲੱਗਦਾ ਤਾਂ ਹੈ ਨਹੀਂ ਜੀ, ਪਰ ਇਹ ਨਹੀਂ ਪਤਾ ਵੀ ਮਤਲਬ ਕਦਾ ਡਿੱਗਿਆ, ਹੋ ਸਕਦਾ ਸ਼ਰਾਰਤੀ ਗੇੜ ਕੀ ਲੱਗ ਗਏ। CCTV ਕੈਮਰੇ ਲੱਗੇ ਆਲੇ ਦੁਆਲੇ ਜਿੱਥੇ ਛੱਪੜਿਆ? ਲੱਗੇ ਤਾਂ ਹੈ ਜੀ। ਹਾਂਜੀ, ਲੱਗੇ ਆ। ਠੀਕ ਹੈ, ਥੈਂਕ ਯੂ। ਇਸ ਕਰਕੇ ਬਾਕੀ ਸਾਰੇ ਅੱਟੀ ਪਿੰਡ ਨੇ ਵੀ ਦੇਖਿਆ ਵੀ ਕੌਣ ਹੈ ਬੰਦਾ, ਇੱਥੇ ਪਿੰਡ ਦਾ ਕੋਈ ਜਾਣ ਪਛਾਣ ਨਹੀਂ ਹੋਈ। ਅੱਜ ਪਿੰਡ ਅੱਟੀ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਡੈਡ ਬੋਡੀ ਪਾਣੀ 'ਚ ਛੱਪੜ 'ਚ ਤਰਦੀ ਦਿਖਾਈ ਦਿੱਤੀ, ਕਿ ਮੌਕੇ 'ਤੇ ਆਇਆ, ਕੀ ਕਹਿਣਾ ਚਾਹੁੰਦੇ, ਕੀ ਲੱਗਦਾ ਤੁਹਾਨੂੰ, ਕੀ ਹਾਲਾਤ ਆ? ਮੈਂ ਧਰਮਿੰਦਰ ਸਿੰਘ ਏਸੇ ਥਾਂ ਫਲੋਰ ਤੋਂ ਬਤੌਰ ਡਿਊਟੀ ਅਫਸਰ 8 ਵਜੇ ਮੈਂ ਡਿਊਟੀ 'ਤੇ ਆਇਆ ਸੀਗਾ। ਇੱਕ ਸਰਪੰਚ ਸਾਹਿਬ ਅੱਟੀ ਵੱਲੋਂ ਫੋਨ ਆਇਆ ਵੀ ਇੱਕ ਛੱਪੜ ਦੇ ਵਿੱਚ ਡੈਡ ਬੋਡੀ ਜਿਹੜੀ ਆ ਉਹ ਤੈਰ ਰਹੀ ਹੈ। ਇਹ ਡੈਡ ਬੋਡੀ ਮੈਂ ਸਾਡੇ 2 ਦਿਨ ਪਹਿਲਾਂ ਕਿਤੇ ਪ੍ਰਵਾਸੀ ਸੀਗਾ, ਇਹ ਨਸ਼ੇ ਦੀ ਹਾਲਤ ਵਿੱਚ ਜਿਹੜਾ ਛੱਪੜ ਦੀ ਕੰਧ 'ਤੇ ਬੈਠਾ ਅਤੇ ਉੱਥੋਂ ਨਸ਼ੇ ਦੀ ਹਾਲਤ ਵਿੱਚ ਡੱਪਿਆ, ਕਿਸੇ ਨੂੰ ਪਤਾ ਨਹੀਂ ਚੱਲਿਆ ਅਤੇ ਦੇਖਣ 'ਚ ਇੱਦਾਂ ਹੀ ਆਉਂਦਾ। ਅਤੇ ਬਾਅਦ ਵਿੱਚ ਅੱਜ ਇਹਦੀ ਡੈਡ ਬੋਡੀ ਜਿਹੜੀ ਤਰ ਕੇ ਉੱਪਰ ਆਈ ਆ, ਸਰਪੰਚ ਸਾਹਿਬ ਨੇ ਦੇਖਿਆ ਔਰ ਨਾਲ ਹੀ ਇਹਨਾਂ ਨੇ ਫੋਨ ਥਾਣੇ ਵਿੱਚ ਕੀਤਾ। ਮੈਨੂੰ ਹੁਕਮ ਹੋਇਆ ਮੁਨਸ਼ੀ ਵੱਲੋਂ, ਦੱਸਿਆ ਵੀ ਇਹ ਉੱਥੇ ਕੋਈ ਡੈਡ ਬੋਡੀ ਛੱਪੜ ਦੇ ਵਿੱਚ ਆ, ਅਤੇ ਮੈਂ ਮੌਕੇ 'ਤੇ ਆਇਆ ਵਾਂ। ਮੌਕੇ 'ਤੇ ਆ ਕੇ ਡੈਡ ਬੋਡੀ ਨੂੰ ਬਾਹਰ ਕੱਢਿਆ, ਅਜੇ ਤੱਕ ਇਹਦਾ ਕੋਈ ਵਾਰਸ ਦਾ ਪਤਾ ਨਹੀਂ ਲੱਗਾ। 72 ਘੰਟੇ ਅਸੀਂ ਜਿਹੜੀ ਆ ਡੈਡ ਬੋਡੀ ਉਹ ਕਿੱਦਾਂ ਦੇ ਕੱਪੜੇ ਪਾਏ ਆ, ਬਾਡੀ ਦੇ ਕਿੱਦਾਂ ਦੇ ਆ? ਇਹ ਕਾਲੀ ਇਹਦੀ ਪਜਾਮਾ ਪਾ ਤੇ ਨੀਲੀ ਇਹਦੇ ਸ਼ਰਟ ਪਾਈ ਹੋਈ ਆ। ਤੇ ਬਾਕੀ ਇਹਦਾ ਪੁੱਛਗਿੱਛ ਕਰਦੇ ਆ, ਲਾਗੋਂ ਕਿਸੇ ਨੇ ਰੱਖਿਆ ਨਾ ਹੋਵੇ ਜਾਂ ਕੋਈ CCTV ਕੈਮਰੇ ਲੱਗੇ ਚੈੱਕ ਕੀਤੇ ਆਲੇ ਦੁਆਲੇ? ਹੁਣ ਬਸ ਮੌਕੇ 'ਤੇ ਡੈਡ ਬੋਡੀ ਵੀ ਉੱਥੇ ਹੋਸਪਿਟਲ ਸ਼ਿਫਟ ਕਰਕੇ ਫਿਰ ਅਸੀਂ ਚੈੱਕ ਕਰਦੇ ਹਾਂ, ਜੇ ਕੋਈ ਸੁਰਾਗ ਪਤਾ ਲੱਗਦਾ ਤਾਂ ਬਾਅਦ ਵਿੱਚ ਆਪਾਂ ਇਹਦੇ ਬਾਰੇ ਦੱਸਾਂਗੇ।